ਬਠਿੰਡਾ ਜ਼ਿਲ੍ਹਾ ਦੀ ਜੇਕਰ ਗੱਲ ਕਰੀਏ ਬੱਕਰੀ ਮੇਲਿਆਂ ਦੀ ਤਾਂ ਪੂਰੇ ਸੂਬੇ ਵਿੱਚ ਤੁੰਗ ਵਾਲੀ ਬੱਕਰਾ ਮੰਡੀ ਬਹੁਤ ਵੱਡੇ ਪੱਧਰ 'ਤੇ ਲੱਗਦੀ ਹੈ। ਤੁਹਾਨੂੰ ਦੱਸ ਦਈਏ ਕਿ ਇਸ ਬੱਕਰਾ ਮੰਡੀ ਨੂੰ ਬਲਜਿੰਦਰ ਸਿੰਘ ਮਾਨ ਲਗਵਾਉਂਦੇ ਹਨ ਅਤੇ ਉਹਨਾਂ ਦਾ ਆਪਣਾ ਵੀ ਬਹੁਤ ਵੱਡੇ ਪੱਧਰ ਦਾ ਬੱਕਰੀ ਫਾਰਮ ਮਾਨ ਬੱਕਰੀ ਫਾਰਮ ਬਣਿਆ ਹੋਇਆ ਹੈ ਔਰ ਤੁਸੀਂ ਦੇਖ ਰਹੇ ਹੋ ਕਿ ਇੱਥੇ ਬਹੁਤ ਮਹਿੰਗੇ ਬੱਕਰੇ ਅਤੇ ਬੱਕਰੀਆਂ ਆਉਂਦੇ ਹਨ ਅਤੇ 4-4 ਲੱਖ ਤੱਕ ਬੱਕਰੇ ਸੇਲ ਹੁੰਦੇ ਹਨ। ਇਸ ਵਾਰ ਵੀ ਵੀਰਵਾਰ ਨੂੰ ਬਹੁਤ ਵੱਡੇ ਵੱਡੇ ਸੌਦੇ ਇਸ ਥਾਂ 'ਤੇ ਹੋਏ ਔਰ ਬਰਬਰੇ ਬੀਟਲ ਅਤੇ ਹੋਰ ਕਈ ਕਿਸਮ ਦੀਆਂ ਬੱਕਰੀਆਂ ਅਤੇ ਬੱਕਰੇ ਇੱਥੇ ਵੇਚੇ ਅਤੇ ਖਰੀਦੇ ਗਏ। ਬਲਜਿੰਦਰ ਮਾਨ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇੱਥੇ ਬਹੁਤ ਵਧੀਆ ਕਿਸਮ ਦੀਆਂ ਬੀਟਲ ਬੱਕਰੀਆਂ ਅਤੇ ਬੱਕਰੇ ਮਿਲਦੇ ਹਨ ਔਰ ਵੱਡੀ ਤਾਦਾਦ ਦੇ ਵਿੱਚ ਪੂਰੇ ਸੂਬੇ ਵਿੱਚੋਂ ਇੱਥੇ ਬੱਕਰਾ ਮੰਡੀ ਦੇਖਣ ਲੋਕ ਆਉਂਦੇ ਹਨ। ਇੱਥੇ ਹੋਰ ਵੀ ਬਹੁਤ ਸਾਰੀਆਂ ਸਹੂਲਤਾਂ ਹਨ। ਖਾਣ ਪੀਣ ਦਾ ਪ੍ਰਬੰਧ ਵੀ ਬਹੁਤ ਢੁਕਵੇਂ ਤਰੀਕੇ ਨਾਲ ਕੀਤਾ ਹੁੰਦਾ ਹੈ ਅਤੇ ਤੁਹਾਨੂੰ ਤੁੰਗ ਵਾਲੀ ਮੰਡੀ ਵਿਖੇ ਆਉਣ ਜਾਣ ਦੀ ਕਿਸੇ ਵੀ ਕਿਸਮ ਦੀ ਔਖਾਈ ਮਹਿਸੂਸ ਨਹੀਂ ਹੁੰਦੀ। ਸੋ ਅੱਜ ਤੁਸੀਂ ਦੇਖ ਰਹੇ ਹੋ ਕਿ ਇਸ ਬੱਕਰੇ ਦਾ ਵੀ ਬਹੁਤ ਮਹਿੰਗਾ ਮੁੱਲ ਲੱਗਿਆ। ਇਸ ਤਰ੍ਹਾਂ ਦੇ ਹੋਰ ਵੀ ਕਾਫੀ ਜਿਹੜੇ ਬੱਕਰੇ ਹੈਗੇ ਉਹਨਾਂ ਨੂੰ ਵੇਚਿਆ ਅਤੇ ਖਰੀਦਿਆ ਗਿਆ। ਕਹਿ ਸਕਦੇ ਹਾਂ ਕਿ ਸੂਬੇ ਭਰ ਦੇ ਵਿੱਚ ਰੁਜ਼ਗਾਰ ਦੀ ਜੇਕਰ ਗੱਲ ਕਰੀਏ ਤਾਂ ਤੁੰਗ ਵਾਲੀ ਬੱਕਰਾ ਮੰਡੀ ਉਹ ਥਾਂ ਹੈ ਜਿੱਥੇ ਰੁਜ਼ਗਾਰ ਦਾ ਬਹੁਤ ਵੱਡਾ ਮੌਕਾ ਹੈ। ਜੇਕਰ ਤੁਸੀਂ ਇੱਕ ਵਾਰ ਵੀ ਇੱਥੇ ਤੁੰਗ ਵਾਲੀ ਬੱਕਰਾ ਮੰਡੀ ਆ ਕੇ ਦੇਖਦੇ ਹੋ ਤਾਂ ਤੁਸੀਂ ਸਮਝ ਸਕਦੇ ਹੋ ਕਿ ਇਹ ਛੋਟੇ ਪੱਧਰ ਤੋਂ ਸਟਾਰਟ ਕਰਕੇ ਕਰੋੜਾਂ ਰੁਪਈਏ ਦਾ ਕਾਰੋਬਾਰ ਹੈ ਜਿਹੜਾ ਬਣ ਸਕਦਾ ਅਤੇ ਕਿਸੇ ਵੀ ਪੱਖੋਂ ਬੱਕਰਾ ਜਾਂ ਬੱਕਰੀਆਂ ਰੱਖਣ ਦਾ ਕੰਮ ਹੈ ਘਾਟੇ ਦਾ ਸੌਦਾ ਨਹੀਂ ਰਿਹਾ। ਜਿੱਥੇ ਇੱਕ ਪਾਸੇ ਖੇਤੀਬਾੜੀ ਘਾਟੇ ਦਾ ਸੌਦਾ ਬਣਦੀ ਜਾ ਰਹੀ ਹੈ ਉੱਥੇ ਨਵੀਂ ਪੀੜ੍ਹੀ ਲਈ ਇੱਕ ਬਹੁਤ ਲਾਹੇਵੰਦ ਕਿੱਤਾ ਹੈ। ਆਓ ਤੁਹਾਨੂੰ ਦਿਖਾਉਂਦੇ ਹਾਂ ਬਾਈ ਬਲਜਿੰਦਰ ਸਿੰਘ ਮਾਨ ਨਾਲ ਸਾਡੀ ਗੱਲਬਾਤ। ਜੇਕਰ ਤੁਸੀਂ ਹਾਲੇ ਤੱਕ ਵੀ ਤੁਹਾਡੇ ਵੀਰ ਦਾ ਚੈਨਲ ਪਿੰਡਾਂ ਦੀ ਗੱਲ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਹੁਣੇ ਤੋਂ ਹੀ ਸਬਸਕ੍ਰਾਈਬ ਕਰ ਲਓ ਤਾਂ ਜੋ ਅਸੀਂ ਇਸ ਤਰ੍ਹਾਂ ਦੀਆਂ ਚੰਗੀਆਂ ਖਬਰਾਂ ਤੁਹਾਡੇ ਤੱਕ ਜਲਦੀ ਤੋਂ ਜਲਦੀ ਪਹੁੰਚਦੀਆਂ ਕਰ ਸਕੀਏ। ਡਾਕਟਰ ਸਾਹਿਬ, ਅੱਜ ਮੇਲਾ ਲੱਗਿਆ, ਪਹਿਲਾਂ ਨਾਲੋਂ ਰਸ਼ ਜ਼ਿਆਦਾ ਹੈਗਾ, ਵੀ ਐਤਕੀ ਕਿਵੇਂ ਲੱਗ ਰਿਹਾ ਮੇਲੇ ਦੀ ਪੋਜੀਸ਼ਨ ਹੈ ਜਿਹੜੀ ਸਾਰੀ? ਕਿੰਨੇ ਕੁ ਲੋਕ ਆ ਜਾ ਰਹੇ ਹੈ, ਕਿੰਨਾ ਕੁ ਉਤਸ਼ਾਹ ਹੈ ਲੋਕਾਂ ਦੇ ਵਿੱਚ ਪਸ਼ੂਆਂ ਨੂੰ ਖਰੀਦਣ ਦਾ ਲੈਣ ਦਾ ਜੀ? ਹਾਂਜੀ ਵੀਰ ਜੀ, ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਪਿੰਡਾਂ ਦੀ ਗੱਲ ਟੀਵੀ ਚੈਨਲ ਦਾ ਬਹੁਤ ਬਹੁਤ ਤੁਹਾਡਾ ਧੰਨਵਾਦ, ਸਾਰੀ ਟੀਮ ਦਾ ਜਿਹੜੇ ਸਾਡੇ ਵਿਹੜੇ ਅੱਜ ਆਏ, ਸਾਡੀ ਮੰਡੀ ਨੂੰ ਪ੍ਰਮੋਟ ਕਰਨ ਵਾਸਤੇ ਆਏ, ਕਿਉਂਕਿ ਲੋਕਾਂ ਦੀਆਂ ਦੁੱਖ ਤਕਲੀਫਾਂ ਤੁਸੀਂ ਸੁਣਦੇ ਹੋ ਸਾਰੀਆਂ, ਵੀ ਬੱਕਰੀਆਂ 'ਚ ਕੀ ਫਾਇਦੇ ਹੋ ਰਹੇ ਆ, ਕੀ ਨੁਕਸਾਨ ਹੋ ਰਹੇ ਆ, ਇਹ ਜਾਣਕਾਰੀ ਲੋਕਾਂ ਨੂੰ ਮਿਲਦੀ ਆ ਤਾਂ ਕਿਤੇ ਨਾ ਕਿਤੇ ਜਾ ਕੇ ਲੋਕ ਜਾਣਕਾਰੀਆਂ ਤੋਂ ਆਪਣਾ ਲਾਹਾ ਲੈਂਦੇ ਆ, ਫਾਇਦਾ ਲੈਂਦੇ ਆ। ਬਿਲਕੁਲ, ਕਿਉਂਕਿ ਕਿੱਥੇ ਬੰਦੇ ਨੂੰ ਨੁਕਸਾਨ ਕਰਕੇ ਜਾਣਕਾਰੀਆਂ ਮਿਲਦੀ ਆ, ਕਿੱਥੇ ਬੰਦਾ ਲੋਕਾਂ ਤੋਂ ਸੁਣ ਕੇ ਬਹੁਤ ਆਪਦੀਆਂ ਨੌਲੇਜ ਇਕੱਠੀ ਕਰ ਲੈਂਦਾ, ਜਿਹੜਾ ਅੱਗੇ ਆਪਾਂ ਨੂੰ ਬਦਲ ਲਈ ਪ੍ਰੇਰਿਤ ਕਰਦੀ ਹੈ ਜੀ। ਬਾਈ ਜੀ, ਡਾਕਟਰ, ਕਿੰਨੇ ਕੁ ਲੋਕ ਨਵੇਂ ਇਸ ਖੇਤਰ ਵੱਲ ਆ ਰਹੇ, ਤੁਹਾਡੇ ਵੱਲੋਂ ਕੋਈ ਟ੍ਰੇਨਿੰਗ ਵਗੈਰਾ ਇਸ ਤਰ੍ਹਾਂ ਦਾ ਕੋਈ ਦੱਸੋ ਸਾਨੂੰ, ਵੀ ਜੇ ਤਾਂ ਕਿ ਲੋਕਾਂ ਨੂੰ ਉਤਸ਼ਾਹਿਤ ਹੋ ਸਕਣ ਨੌਜਵਾਨ ਜਿਹੜੇ? ਵੀਰ ਜੀ, ਜਿਹੜੇ ਕੋਈ ਟ੍ਰੇਨਿੰਗ ਲੈਣੀ ਚਾਹੁੰਦੇ ਸਾਡੇ ਕੋਲੋਂ ਜੀ, ਅਸੀਂ ਵੈਸੇ ਹੀ ਅਗਲੇ ਨੂੰ ਟ੍ਰੇਨਿੰਗ ਦੇ ਦਿੰਦੇ ਹਾਂ, ਕੋਈ ਪੇਡ ਨਹੀਂ, ਸਾਡੇ ਕੋਲ ਬੰਦਾ ਆ ਜਾਂਦਾ ਗਾ ਜੀ, 3-4 ਘੰਟੇ 'ਚ ਅਸੀਂ ਸਾਰੀ ਚੀਜ਼ ਅਗਲੋਂ ਦੱਸ ਦਿੰਦੇ ਹਾਂ, ਕੀ ਸਾਂਭ ਸੰਭਾਲ ਆ, ਕਿਵੇਂ ਉਹ ਕਰਨਾ, ਸਾਂਭਣਾ ਕਿਵੇਂ, ਬੱਚੇ ਸਾਂਭਣੇ ਆ, ਕਿਵੇਂ ਬੱਕਰੀ ਸਾਂਭਣੀ ਆ, ਸੂਣ ਤੋਂ ਬਾਅਦ ਕੀ ਕਰਨਾ, ਸਾਰੀਆਂ ਜਾਣਕਾਰੀਆਂ 3-4 ਘੰਟੇ 'ਚ ਹੀ ਸਾਡੇ ਲੜਕੇ ਜਿਹੜੇ ਰੱਖੇ ਉਹ ਮੈਂ ਆਪ ਉਹਨੂੰ ਦੇ ਕੇ ਫਿਨਿਸ਼ ਕਰ ਦਿੰਦੀ। ਇਹ ਫ੍ਰੀ ਫੈਸਿਲਿਟੀ ਹੈ ਸਰ? ਹਾਂਜੀ, ਸਾਰੀ ਫ੍ਰੀ ਹੈ। ਠੀਕ ਹੈ ਜੀ। ਤਕਰੀਬਨ ਜੇ ਆਪਾਂ ਗੱਲ ਕਰੀਏ ਨਵੇਂ ਫਾਰਮਾਂ ਦੀ, ਅੱਜ 26-27 ਮੈਨੂੰ ਬੰਦੇ ਹੁਣ ਤੱਕ ਮਿਲ ਚੁੱਕੇ ਆ ਜੀ, ਜਿਹੜਾ ਨਵੇਂ ਫਾਰਮ ਬਣਾਉਣੇ ਆ ਜੀ, ਵੀ ਕਹੇ ਆ ਸ਼ੈੱਡ ਬਣਾਈਏ, ਬੱਕਰੀਆਂ ਰੱਖੀਏ, ਬੱਚੇ ਰੱਖੀਏ, ਬੱਕਰੇ ਰੱਖੀਏ ਅਤੇ ਪੱਠਾ ਰੱਖੀਏ, ਸਾਰੀਆਂ ਜਾਣਕਾਰੀਆਂ ਲੈ ਕੇ ਗਏ ਆ ਬੰਦੇ। ਜਿਹੜੇ ਨਵੇਂ ਲੋਕ ਆ ਉਹਨਾਂ ਨੂੰ ਵੀ ਕੀ ਤੁਸੀਂ ਕਹਿਣਾ ਚਾਹੋਗੇ, ਜਿਹੜੇ ਨਵੇਂ ਮੁੰਡੇ ਆ ਜਾਂ ਕੁੜੀਆਂ, ਵੀ ਉਹ ਕਹਿੰਦੇ ਵੀ ਸਾਨੂੰ ਇਹਦਾ ਪਤਾ ਘੱਟ ਲੱਗਦਾ, ਵੀ ਸਾਰੀਆਂ ਇੱਕੋ ਜਿਹੀਆਂ ਲੱਗਦੀਆਂ, ਬੀਟਲ ਹੈ, ਬਰਬਰੇ ਆ, ਹੋਰ ਕਈ ਨਸਲਾਂ ਮੇਲਿਆਂ 'ਤੇ ਜਾਂਦੇ ਆ, ਕਿੱਥੋਂ ਕਿਹੜੇ ਤਰੀਕੇ ਨਾਲ ਖਰੀਦਣੀ ਚਾਹੀਦੀ ਆ ਵੀ ਨੁਕਸਾਨ ਨਾ ਹੋ ਜਾਵੇ ਨਵੇਂ ਬੰਦੇ ਦਾ? ਵੀਰ ਜਦੋਂ ਸਾਡੇ ਕੋਲ ਬੰਦਾ ਘੰਟਾ ਡੇਢ ਘੰਟਾ ਬਹਿੰਦਾ ਗਾ, ਹਾਂਜੀ, ਉਹਨੂੰ ਪੂਰੀ ਨੌਲੇਜ ਆ ਜਾਂਦੀ ਹੈ, ਉਹਨੂੰ ਪਤਾ ਲੱਗਣ ਲੱਗਦਾ ਬੀਟਲ ਕੀ ਆ ਜੀ, ਦੇਸੀ ਬਰੀਡ ਕੀ ਆ, ਪੱਧਰ ਬਰੀਡਾਂ ਕੀ ਆ ਜੀ, ਕੀ ਫਰਕ ਆ ਇਹਨਾਂ 'ਚ ਜੀ, ਸਾਰਾ ਕੰਪੈਰੀਜ਼ਨ ਕਰਕੇ ਉਹਨਾਂ ਨੂੰ ਦਿਖਾਉਣੇ ਆ, ਫਿਰ ਪਤਾ ਲੱਗਦਾ, ਫਿਰ ਪਤਾ ਲੱਗਦਾ। ਵਧੀਆ ਕੀਤਾ ਜੀ। ਹਾਂਜੀ ਹਾਂਜੀ, ਬਹੁਤ ਸੋਹਣਾ ਕੀਤਾ ਜੀ।